बेटा फिर तो अपने डैड की एबिलिटीज नु जानदा नहीं। आज तक तेरे डैड ने सिवाय मम्मियां मनान दे और कीता की जिंदगी च एक बार नु छड़ के कोई ऐसी मम्मी नहीं जिन्हें तेरा डैडी मना ना सका। मेरी मम्मी ना शराब, मेरी मम्मी ना तो तेरी मम्मी ते हमें गले पै गई थी वो एक हो। एनीवेज लंबी कहानी फिर कदे दसा। यू आर सो नॉटी डैड। नो माय सन, साडा नॉटी पना देखना सी ते कदे 20 साल पहले देखा हुंदा। तो एक बार इना दस दे कि कुड़ी दी मम्मी है किथे। डैड बाकी सब तो ठीक है पर देखो कितने गड़बड़ ना हो जी। बेटा गल इस तरह साडी जिंदगी दी हिस्ट्री सिर्फ एक बार नु छड के कदे कोई गड़बड़ नहीं हुई। हुन तेरी हिस्ट्री कोई वखरी वदना चाह नहीं सकदा। ओके डैड देन यू चिल आउट, मैं जरा जाके आना। श्योर, ऑल द बेस्ट बडी। थैंक यू डैड, टेक केयर। हां कुड़ी दी मम्मी मैं कनाडा तो आया। ओ मैं क्या महाराज, पार्टी तो सॉलिड है, स्टेबल है ना। पार्टी पक्की है किते हिल नहीं सकदी। गुड। ओ सॉरी सॉरी, हिल गए, माफ करना। मेरा लंदन गाल कर रहा सीगा, थोड़ी देर हो गई इथे आने दे विच। ਸਾਡਾ ਐਕਸਪੋਰਟ ਦਾ ਬਿਜ਼ਨਸ ਹੈ ਨਾ, ਲੱਖਾਂ ਦਾ ਬਿਜ਼ਨਸ ਹੈ ਜੀ, ਕਰੋੜਾਂ ਦਾ ਰਿਸਕ ਹੈ। ਇਹ ਜਨਾਬ ਪੋਪਲੀ ਸਾਹਿਬ ਨੇ NRI। ਇਹ NRI ਕੀ ਜਾਤ ਹੋਈ? ਜਾਤ ਨਹੀਂ ਜਨਾਬ, ਔਕਾਤ ਹੈ। ਆ ਜਾਓ ਫਿਰ ਆਪਣੀ ਔਕਾਤ ਤੇ। ਉਹ ਮੈਂ ਅਮਰੀਕਾ ਤੋਂ ਆਇਆ ਜੀ, ਸਾਡਾ ਕਰੋੜਾਂ ਦਾ ਕਾਰੋਬਾਰ ਹੈ, ਵੱਡੇ ਵੱਡੇ ਸਟੋਰ ਨੇ, ਵੱਡੇ ਵੱਡੇ ਪੈਟਰੋਲ ਪੰਪ ਨੇ, ਖੇਡਣ ਲਈ ਕਲੱਬ ਨੇ ਤੇ ਪੀਣ ਲਈ ਪੱਬ ਨੇ। ਉਹ ਤਾਂ ਸਭ ਠੀਕ ਹੈ, ਕੋਈ ਮੁੰਡਾ ਵੀ ਹੈ? ਮੁੰਡੇ ਦੋ ਨੇ ਜਨਾਬ, ਵੈਲ ਸੈਟਲਡ ਅਮਰੀਕਾ ਵਿੱਚ। ਸੁਣਿਆ ਇਹਨਾਂ ਦੇ ਨੇ? ਕਿੱਥੋਂ ਸੁਣਿਆ? ਸੁਣਨਾ ਕਿੱਥੋਂ ਹੈ, ਅਸੀਂ ਤੇ ਬੜੇ ਪਾਪੂਲਰ ਤੇ ਬੜੇ ਮਸ਼ਹੂਰ ਬੰਦੇ ਹੈਗੇ ਆ ਉੱਥੇ, ਅਖਬਾਰਾਂ 'ਚ ਪੜ੍ਹ ਲਿਆ ਹੋਣਾ। ਸਾਡੇ ਇੱਥੇ ਤਾਂ ਕਤੂਰੀ ਵੀ ਕਤੂਰਾ ਦਿੰਦੀ ਹੈ ਨਾ, ਤੇ ਅਖਬਾਰਾਂ 'ਚ ਆ ਜਾਂਦਾ ਹੈ। ਅੱਛਾ ਅੱਛਾ, ਤੇ ਤੁਹਾਡੇ ਕਤੂਰਾ ਸਾਹਿਬ ਕਰਦੇ ਕੀ ਹੈ? ਮੇਰਾ ਮਤਲਬ ਤੁਹਾਡੇ ਮੁੰਡਾ ਕੀ ਕਰਦਾ? ਉਹ ਦੇਖਦੇ ਨੇ ਜੀ, ਇੰਨੇ ਅਮੀਰ ਅਰਬਾਂਪਤੀ ਦੇ ਮੁੰਡੇ ਇਸ ਤੋਂ ਸਵਾ ਹੋਰ ਕਰ ਕੀ ਸਕਦੇ ਨੇ? ਇਹ ਕਿਹਨੂੰ ਉਡੀਕਦਾ? ਪਿਓ ਨੂੰ ਉਡੀਕਦੇ ਨੇ ਜੀ, ਉਦੋਂ ਇਹਦੀ ਟਿਕਟ ਕੱਟੀ ਜਾਵੇ ਤੇ ਕਦੋਂ ਅਰਬਪਤੀ ਹੋਣ। ਵਾਹ ਜੀ ਵਾਹ, ਕਿਆ ਮੁੰਡਾ! ਤੋਹਫਾ ਕਰੋ ਜੀ ਮੁੰਡਿਆਂ ਨੂੰ, ਤੁਸੀਂ ਕੁੜੀ ਨੂੰ ਬੁਲਾਓ। ਇੰਨਾ ਤਾਂ ਤੁਸੀਂ ਵੇਖ ਹੀ ਲਿਆ। ਉਹ ਲੋ ਆਈ ਗਈ ਜੀ, ਇਹ ਸਾਡੀ ਬੇਟੀ ਪ੍ਰੀਤੀ, ਇਹ ਉਹਦੀ ਮੰਮੀ ਹੈ। ਨਮਸਤੇ ਜੀ, ਬੈਠੋ ਜੀ। ਬੇਟਾ ਇਹਨਾਂ ਦੇ ਪੈਰੀ ਹੱਥ ਲਾਉਣ ਦੀ ਪ੍ਰੈਕਟਿਸ ਕਰ ਲਓ, ਹੋ ਸਕਦਾ ਇਹਨਾਂ ਨੂੰ ਸਹੁਰਾ ਸਾਹਿਬ ਬਣਾਉਣਾ ਪੈ ਜਾਏ। ਉਹ ਸਹੁਰਾ ਕੌਣ ਸਹੁਰਾ? ਮੈਂ ਤੁਹਾਡੇ ਬਾਰੇ ਗੱਲ ਕਰ ਰਿਹਾ। ਮੈਂ ਤਾਂ ਆਪਣੇ ਵਿਆਹ ਦੀ ਗੱਲ ਪਿਆ ਕਰਿੰਦਾ ਸਾਂ। ਡੈਡੀ ਇਹ ਕੀ ਮਜ਼ਾਕ ਹੈ? ਆ ਪੁੱਤਰ ਤੂੰ ਅੰਦਰ ਚੱਲ, ਇਹਨਾਂ ਨਾਲ ਮੈਂ ਨਿਪਟ ਲੈਣਾ। ਡੈਡੀ ਮੈਂ ਇੱਥੋਂ ਨਹੀਂ ਜਾਣਾ, ਜਿੰਨਾ ਚਿਰ ਇਹਨਾਂ ਨੂੰ ਮੈਂ ਇੱਥੋਂ ਦਫਾ ਨਾ ਕਰ ਦਿਆਂ। ਸ਼ਰਮ ਨਹੀਂ ਆਉਂਦੀ ਤੈਨੂੰ? ਕਬਰ 'ਚ ਲੱਤਾਂ ਲਟਕ ਰਹੀ ਹੈ ਤੇ 20 ਸਾਲ ਦੀ ਕੁੜੀ ਦੇ ਨਾਲ ਵਿਆਹ ਦੇ ਸੁਪਨੇ ਵੇਖਦਾ? ਕਿਉਂ ਜੀ ਗੱਲਾਂ ਪਿਆ ਕਰਿੰਦੇ ਹੋ ਮਾਤਾ ਜੀ, ਆ ਪਿਛਲੀ ਜਨਾਨੀ ਤੇ ਮੇਰੀ 18 ਵਰਿਆਂ ਦੀ ਆਈ ਤੇ ਉਸ ਤੋਂ ਪਹਿਲੀ ਵਾਰੀ 8 ਦੀ ਹੋਣੀ ਹੈ। ਦੇਖੋ ਤੁਸੀਂ ਇੱਕ NRI ਦਾ ਮਜ਼ਾਕ ਪੈ ਉਡਾਉਂਦੇ ਹੋ। ਤੁਹਾਨੂੰ ਪਤਾ ਹੈ ਸਾਰੀ ਸਰਕਾਰ ਇਸ ਵੇਲੇ NRI ਦੇ ਮਗਰ ਮਗਰ ਦੌੜਦੀ ਹੈ। ਇਹਨਾਂ ਨੂੰ ਠੁਕਰਾ ਕੇ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹੇ? ਮੰਮੀ ਲੱਗਦਾ ਡੈਡੀ ਦਾ ਦਿਮਾਗ ਫੇਰ ਟ੍ਰਿਪ ਕਰ ਰਿਹਾ। ਇਹਨੇ ਐਦਾਂ ਨਹੀਂ ਮੰਨਣਾ, ਇਹਨੂੰ ਮੈਂ ਦੱਸਦੀ ਹਾਂ। ਸਰ ਸਰ ਸਰ, ਜੇ ਤੁਹਾਨੂੰ ਵਿਦੇਸ਼ੀ ਜੰਗ ਮਿਲ ਪਸੰਦ ਨਹੀਂ, ਕਮ ਸੇ ਕਮ ਮੇਰੇ ਹੁੰਦਿਆਂ ਦੀ ਬੇਇੱਜ਼ਤੀ ਤਾਂ ਨਾ ਕਰੋ। ਬੇਇੱਜ਼ਤੀ ਤਾਂ ਤੁਹਾਡੀ ਹਜੇ ਹੋਣੀ ਹੈ, ਕਰੋ ਤੁਸੀਂ ਮੰਮੀ ਪੁਲਿਸ ਨੂੰ ਫੋਨ ਬੁਲਾਓ। ਨਹੀਂ ਨਹੀਂ, ਪੁਲਿਸ ਨਹੀਂ ਪੁਲਿਸ ਨਹੀਂ, ਮੈਨੂੰ ਪਿਆ ਲੱਗਦਾ ਅੱਛਾ ਮੇਰਾ ਟੇਵਾ ਕੋਈ ਨਹੀਂ ਤੇ ਮਿਲਣਾ। ਮੈਂ ਚੱਲਿਆ ਮੈਂ ਚੱਲਿਆ। ਜਨਾਬ ਇੱਕ ਟਰਾਈ ਤੇ ਹੋਰ ਮਾਰ ਲਓ, ਮੇਰੀ ਕਮਿਸ਼ਨ ਕਿਉਂ ਮਰਵਾਉਣ ਦੇ ਹੋ? ਕਮਿਸ਼ਨ ਦਾ ਲੱਗਦਾ ਹੈ ਕਮਿਸ਼ਨ ਦਾ ਬੰਦਾ ਹੈ ਕਿੱਥੇ ਬਸਦਾ ਹੈ? ਸਮਝ ਨਹੀਂ ਕਿਦਾਂ ਦੇ ਲਾਲਚੀ ਬੰਦੇ ਆਈ ਜਾ ਰਹੇ ਆ। ਨਮਸਤੇ ਡੈਡੀ ਜੀ, ਕਰੀ ਪੈਣਾ ਜੀ। ਇਹ ਮੈਂ ਤੈਨੂੰ ਕਿਤੇ ਦੇਖਿਆ ਲੱਗਦਾ। ਦੇਖਿਆ ਤਾਂ ਜੀ ਮੈਂ ਵੀ ਤੁਹਾਨੂੰ ਕਿਤੇ ਲੱਗਦਾ, ਪਰ ਇੱਥੇ ਕਿਦਾਂ? ਉਹ ਵਿਆਹ ਦੀ ਗੱਲ ਕਰਨ, ਉਹ ਤੁਹਾਡੀ ਕੁੜੀ ਦੇ ਵਿਆਹ ਦੇ ਸਿਲਸਿਲੇ। ਓ ਅੱਛਾ ਅੱਛਾ, ਬੈਠੋ ਬੈਠੋ। ਸਮਾਰਟ ਬੁਆਏ, ਇਹੀ ਤਾਂ ਮੁੰਡਾ ਜਿਹਦੀ ਮੈਂ ਇੰਨੇ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀਗਾ। ਏ ਕਮਲ, ਓ ਕਮਲ, ਇਹ ਇਹਨਾਂ ਵਾਸਤੇ ਜਿਹੜਾ ਗਰਮ ਚਾਹ ਲੈ ਕੇ ਆ। ਮੈਂ ਠੰਡੀ ਚਾਹ ਨਾਲ ਗੁਜ਼ਾਰਾ ਕਰ ਲਾਂਗਾ ਜੀ। ਪਹਿਲਾਂ ਤੁਹਾਡਾ ਕਿਤੇ ਵਿਆਹ ਹੋਇਆ ਤਾਂ ਨਹੀਂ ਹੋਇਆ? ਓ ਨਹੀਂ ਜੀ, ਮੈਂ ਤਾਂ ਬਿਲਕੁਲ ਡਬਲ ਸਿੰਗਲ ਆ ਜੀ। ਅੱਛਾ, ਪੜ੍ਹਾਈ ਲਿਖਾਈ? ਮੈਂ MSc ਕੀਤੀ ਹੈ। ਕਿਉਂ BSc ਨਹੀਂ ਕੀਤੀ? ਕੀ ਗੱਲ ਕਰਦੇ ਹੋ ਜੀ, ਉਹ BSc ਤੋਂ ਬਾਅਦ ਹੀ MSc ਕੀਤੀ ਜਾਂਦੀ ਹੈ। ਮੈਨੂੰ ਤਾਂ ਪਤਾ ਯਾਰ, ਇੰਟਰਵਿਊ ਮੈਂ ਤੇਰੀ ਲੈ ਰਿਹਾ ਕਿ ਤੂੰ ਮੇਰੀ ਇੰਟਰਵਿਊ ਲੈ ਰਿਹਾ? ਪਰ ਮੈਂ ਤੈਨੂੰ ਦੇਖਿਆ ਕਿੱਥੇ ਹੈ ਸਮਝ ਨਹੀਂ ਆ ਰਹੀ। ਭੁੱਲ ਜਾਂਦੇ ਹੋ ਤੁਸੀਂ, ਉਹ ਹੀ ਮੁੰਡਾ ਹੈ ਜਿਹੜਾ ਉਸ ਸੋਫੇ ਦੇ ਪਿੱਛੇ ਲੁਕਿਆ ਹੋਇਆ ਸੀ। ਹੈ? ਓਏ ਬਦਮਾਸ਼, ਉੱਠ ਤੋ, ਚੱਲ ਉੱਠ। ਓਹੋ, ਇਹ ਸੁਖੀ ਦਾ ਭਰਾ ਹੈ ਭਈ, ਜਿਹੜਾ ਆਪਣੀ ਪ੍ਰੀਤੀ ਨੂੰ ਗਿਫਟ ਦੇਣ ਆਇਆ ਸੀ ਉਸ ਦਿਨ, ਯਾਦ ਆਇਆ? ਓ ਅੰਕਲ ਜੀ, ਉਹ ਤੁਹਾਡਾ ਗੁੱਸਾ ਅਜ ਤੱਕ ਲਿਆ ਹੀ ਨਹੀਂ। ਦਰਅਸਲ ਮੈਂ ਆਪਣੇ ਵਿਆਹ ਦੀ ਗੱਲ ਕਰ ਲਈ, ਆਪਣੇ ਡੈਡੀ ਨੂੰ ਕੈਨੇਡਾ ਤੋਂ ਬੁਲਾਇਆ। ਮੈਨੂੰ ਤਾਂ ਅਜੇ ਵੀ ਕੋਈ ਗੜਬੜ ਲੱਗਦੀ ਆ। ਗੱਲ ਤਾਂ ਸੁਣਨ ਤੋਂ ਪੂਰੀ ਹੋਦੀ। ਹਾਂ ਬੇਟਾ, ਕਦੋਂ ਆ ਰਹੇ ਤੁਹਾਡੇ ਡੈਡੀ ਕੈਨੇਡਾ ਤੋਂ? ਕੈਨੇਡਾ ਤੋਂ ਤਾਂ ਆ ਹੀ ਗਏ ਨੇ।
ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸੰਡੇ ਨੂੰ ਬੁਲਾ ਹੀ ਲਿਆ ਨਾ। ਇਹ ਸੰਡੇ ਨੂੰ ਸੋਚਣ ਦੀ ਕੀ ਲੋੜ ਹੈ, ਬੁਲਾ ਲਓ। ਇਹ ਲੋ ਚਾਹ ਪੀਓ ਬੇਟਾ। ਗਰਮ ਨਹੀਂ ਮਿਲ ਸਕਦੀ ਕੀ ਗੱਲ ਪੀਤੀ? ਤੂੰ ਕਿਵੇਂ ਟ੍ਰੈਜਿਕ ਕੁਈਨ ਮੀਨਾ ਕੁਮਾਰੀ ਬਣੀ ਬੈਠੀ ਹੈ? ਰਾਹੁਲ, ਇਹਨੂੰ ਹਰ ਵਕਤ ਮਜ਼ਾਕ ਸੋਚਦਾ ਰਹਿੰਦਾ ਨਾ। ਹਾਏ, ਮੈਂ ਤਾਂ ਇਹ ਸੋਚ ਰਹੀ ਸੀ ਜੇ ਤੇਰੇ ਡੈਡੀ ਨੂੰ ਮੈਂ ਪਸੰਦ ਆਈ ਤਾਂ ਫੇਰ। ਲੈ ਹੁਣ ਆ ਕੀ ਹੈ, ਤੂੰ ਕਿਧਰੇ ਹੋਰ ਵਿਆਹ ਕਰਾ ਲਈ ਤੇ ਮੈਂ ਕਿਧਰੇ ਹੋਰ ਵਿਆਹ ਕਰਾ ਲੂੰਗਾ। ਰਾਹੁਲ, ਤੂੰ ਇੱਕ ਗੱਲ ਕੰਨ ਖੋਲ ਕੇ ਸੁਣ ਲੈ, ਜੇ ਮੈਂ ਤੇਰੀ ਨਾ ਹੋ ਸਕੀ ਤਾਂ ਮੈਂ ਕਿਸੇ ਹੋਰ ਦੀ ਨਹੀਂ ਹੋਣਾ। ਮੈਂ ਇਸ ਚੀਜ਼ ਛਾਲ ਮਾਰ ਦੂੰਗੀ। ਆਪਣੀ ਤਾਂ ਹੋਈ ਨੀ, ਉਹ ਘੱਟ ਤੋਂ ਘੱਟ ਇਹਨਾਂ ਦੀ ਤਾਂ ਗੜ ਤੋਂ ਪਹੁੰਚ ਦਿਓ। ਜਨਾਬ ਲੱਗਦਾ ਤੁਸੀਂ ਸਮਾਰਟ ਹੋ ਜੀ। ਚੁੱਪ ਕਰ ਜਾ, ਚੁੱਪ ਕਰ ਗਾ, ਛਿੱਤਰ ਫੇਰਾਂਗਾ ਇੱਥੇ। ਪ੍ਰੀਤੀ ਜੀ, ਮੰਮਾ ਰਾਹੁਲ ਆਇਆ। ਰਾਹੁਲ? ਹਾਂ, ਉਹਦੇ ਡੈਡੀ ਆਏ ਨਾਲ ਤੇਰੇ ਤੇ ਰਾਹੁਲ ਦੇ ਵਿਆਹ ਦੀ ਗੱਲ ਪੱਕੀ ਕਰਨ। ਸੱਚੀ ਮੰਮਾ? ਹਾਂ, ਤੁਸੀਂ ਕਿਸੇ ਮਜ਼ਾਕ ਤੋਂ ਨਹੀਂ ਕਰ ਰਹੇ? ਕਮ ਔਨ, ਕੋਈ ਮਜ਼ਾਕ ਨਹੀਂ ਕਰਦੇ, ਚੱਲ ਕੇ ਮੇਰੇ ਨਾਲ ਦੇਖ ਲੈ। ਔਰ ਤੇਰੀ ਹਿੰਮਤ ਕਿਦਾਂ ਹੋਈ ਆਪਣੇ ਮੁੰਡੇ ਦਾ ਰਿਸ਼ਤਾ ਮੇਰੇ ਘਰ ਲੈ ਕੇ ਆਉਣ ਦੀ? ਓਏ, ਮੈਂ ਵੀ ਕੋਈ ਸ਼ਗਨਾ ਤੇ ਸਾਲ ਚੁੱਕੇ ਨਹੀਂ ਇੱਥੇ ਆਇਆ। ਓਏ, ਮੈਂ ਤੇ ਆਪਣੇ ਮੁੰਡੇ ਦੇ ਪਿਆਰ ਦਾ ਮਾਰਿਆ ਆ ਗਿਆ। ਓ, ਤੂੰ ਮੁੰਡੇ ਦੇ ਪਿਆਰ ਦਾ ਮਾਰਿਆ ਨਹੀਂ ਆਇਆ, ਆਪਣੇ ਪਿਆਰ ਦਾ ਮਾਰਿਆ ਆਇਆ ਇੱਥੇ। ਕੀ ਮਤਲਬ ਇਹ ਹੈ ਕਿ ਤੇਰੀ ਸ਼ੁਰੂ ਤੋਂ ਇੱਕ ਕੋਸ਼ਿਸ਼ ਰਹੀ ਹੈ ਮੇਰੇ ਘਰ ਨਾਲ ਰਿਸ਼ਤਾ ਜੋੜਨ ਦੀ? ਜਾ ਜਾ ਵੱਡਾ ਘਰ ਵਾਲਾ, ਉਹ ਜਾਣਨਾ ਮੈਂ ਤੈਨੂੰ ਵੱਡੇ ਐਕਸਪੋਰਟਰ ਨੂੰ, ਸਪਲਾਇਰ ਨਾ ਹੋਵੇ ਕਿਸੇ ਥਾਂ ਦਾ। ਓਏ, ਭੁੱਲ ਗਿਆ, ਤੈਨੂੰ ਐਕਸਪੋਰਟ ਕਰਕੇ ਮੈਂ ਹੀ ਬਾਹਰ ਭੇਜਿਆ ਸੀਗਾ। ਓਏ, ਆਪਣੀ ਜ਼ੁਬਾਨ ਤੇ ਕਾਬੂ ਰੱਖ, ਮੈਂ ਸਿਰਫ ਇਸ ਕਰਕੇ ਚੁੱਪ ਹਾਂ ਕਿਉਂਕਿ ਤੂੰ ਕਮਲ ਦਾ ਘਰ ਵਾਲਾ ਹੈ। ਓਏ ਜੀਜਾ ਜੀ, ਕਹਿ ਓਏ, ਉਹ ਮਿਸਟਰ ਮਹਿੰਦਰ ਸਿੰਘ ਡੈਡੀ, ਉਹ ਤੂੰ ਡੈਡੀ ਹੈ, ਡੈਡੀ ਬਣ ਕੇ ਰਹਿ, ਆਪਣੀ ਔਕਾਤ ਵਿੱਚ ਜੀਜਾ ਬਣਨ ਦੀ ਕੋਸ਼ਿਸ਼ ਤਾਂ ਕਰ। ਓ ਮਾਈ ਗੋਡ, ਸੁਸੇਵਾ ਜੀ, ਤੁਸੀਂ? ਹਾਂ ਹਾਂ, ਤੁਸੀਂ, ਪਰ ਤੁਸੀਂ ਅੰਦਰ ਚਲੋ, ਚਲੋ ਸ਼ਾਬਾਸ਼। ਓਹੋ, ਕਿੰਨਾ ਦੀ ਗੱਲਾਂ ਕਰਦੇ ਪਏ ਹੋ ਸੁਸੇਵਾ ਜੀ, ਇੰਨੇ ਸਾਲਾਂ ਬਾਅਦ ਆਏ ਨੇ, ਇਹਨਾਂ ਨੂੰ ਅੰਦਰ ਲੈ ਕੇ ਚਲੋ ਨਾ। ਹਾਂ, ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਅੰਦਰ ਕਰਾਵਾਂਗਾ, ਜ਼ਿਆਦਾ ਹਮਦਰਦੀ ਸ਼ੋਅ ਕਰਨ ਦੀ ਲੋੜ ਨਹੀਂ ਇਹਨਾਂ ਨਾਲ। ਓ ਡੈਡੀ, ਓ ਮੈਂ ਵੀ ਇੱਥੇ ਕੋਈ ਕਟੋਰਾ ਲੈ ਕੇ ਹਮਦਰਦੀ ਦੀ ਭੀਖ ਮੰਗਣ ਨਹੀਂ ਆਇਆ। ਚਲੋ ਕਾਕਾ, ਚੰਗਾ ਜੀ, ਚੱਲ ਹਟ। ਮੰਮਾ, ਮੈਨੂੰ ਗਲਤੀ ਸਮਝ ਨਹੀਂ ਆ ਰਹੀ ਕਿ ਮਿਸਟਰ ਸਚਦੇਵਾ ਤੇ ਡੈਡੀ ਦੀ ਆਖਰ ਦੁਸ਼ਮਣੀ ਕੀ ਹੈ? ਪ੍ਰੀਤੀ, ਤੂੰ ਇਹਨਾਂ ਗੱਲਾਂ ਨੂੰ ਛੱਡ ਦੇ, ਜੇ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ। ਮੰਮਾ, ਤੁਹਾਨੂੰ ਮੇਰੀ ਸੌਂ, ਤੁਹਾਨੂੰ ਮੈਨੂੰ ਦੱਸਣਾ ਪੈਣਾ ਕਿ ਆਖਿਰ ਸਾਡਾ ਵਿਆਹ ਕਿਉਂ ਨਹੀਂ ਹੋ ਸਕਦਾ। ਤੂੰ ਸੁਣਨਾ ਚਾਹੁੰਦੀ ਹੈ? ਹਾਂ, ਤੂੰ ਸੁਣ ਫਿਰ। ਮੈਂ, ਤੇਰੇ ਡੈਡੀ ਤੇ ਮਿਸਟਰ ਸਚਦੇਵਾ, ਅਸੀਂ ਤਿੰਨੋਂ ਇੱਕੋ ਕਾਲਜ ਪੜ੍ਹਦੇ ਸੀ। ਤੇਰੇ ਡੈਡੀ ਤੇ ਮਿਸਟਰ ਸਚਦੇਵਾ ਦੋਵੇਂ ਮੈਨੂੰ ਪਿਆਰ ਕਰਦੇ ਸੀ। ਜਦ ਇਹ ਗੱਲ ਪੂਰੇ ਕਾਲਜ 'ਚ ਪਤਾ ਲੱਗੀ ਤੇ ਦੋਨਾਂ ਦੋਸਤਾਂ ਦੀ ਆਪਸ 'ਚ ਦੁਸ਼ਮਣੀ ਪੈ ਗਈ। ਮੰਮੀ ਜੀ, ਤੁਸੀਂ ਵੀ ਦੋਵੇਂ ਨੂੰ ਪਿਆਰ ਕਰਦੇ ਸੀ? ਸੱਚ ਪੁੱਛੇ ਤੇ ਮੈਂ ਦੋਵਾਂ 'ਚੋਂ ਕਿਸੇ ਨੂੰ ਵੀ ਪਿਆਰ ਨਹੀਂ ਕਰਦੀ, ਪਰ ਚੰਗੇ ਮੈਨੂੰ ਦੋਵੇਂ ਹੀ ਲੱਗਦੇ। ਚੰਗੇ ਲੱਗਣ ਨਾਲ ਕੀ ਹੁੰਦਾ? ਮੈਨੂੰ ਸ਼ੁਰੂ ਤੋਂ ਪਤਾ ਸੀ ਕਿ ਕਮਲ ਮਹਿੰਦਰ ਸਿੰਘ ਡੈਡੀ ਨੂੰ ਨਹੀਂ, ਉਹਦੇ ਪੈਸੇ ਨੂੰ ਪਿਆਰ ਕਰਦਾ। ਅਸੀਂ ਦੋਵਾਂ ਨੇ ਦੋਸਤ ਹੋਣ ਦੇ ਨਾਤੇ ਇਸ ਗੱਲ ਦਾ ਫੈਸਲਾ ਇੱਕੋ ਸ਼ਰਤ ਤੇ ਕੀਤਾ। ਪਰ ਉਹ ਸ਼ਰਤ ਕੀ ਸੀ ਡੈਡ? ਸ਼ਰਤ ਇਹ ਸੀ ਕਿ ਦੋਵਾਂ ਵਿੱਚੋਂ ਜੋ ਪਹਿਲੇ ਮੇਰੇ ਨਾਲ ਵਿਆਹ ਕਰਾ ਲੇਗਾ ਉਹ ਸ਼ਰਤ ਜਿੱਤ ਜਾਏਗਾ, ਤੇ ਦੂਜੇ ਨੂੰ ਦੋਸਤੀ ਦੀ ਖਾਤਰ ਦੇਸ਼ ਛੱਡ ਕੇ ਬਾਹਰ ਜਾਣਾ ਪਏਗਾ। ਇਹਦਾ ਮਤਲਬ ਸਚਦੇਵ ਅੰਕਲ ਸ਼ਰਤ ਹਾਰ ਗਏ? ਮੈਂ ਹਰ ਸ਼ਰਤ ਜਿੱਤ ਕੇ ਵੀ ਹਾਰ ਚੁੱਕਾ। ਪੈਸੇ ਦੇ ਬਲਬੂਤੇ ਤੇ ਡੈਡੀ ਨੇ ਕਮਲ ਤੇ ਕਮਲ ਦੇ ਘਰਦਿਆਂ ਨੂੰ ਫਸਾ ਲਿਆ। ਡੈਡੀ ਨੇ? ਉਹ ਤੇਰੇ ਡੈਡੀ ਨੇ ਨਹੀਂ, ਬੇਵਕੂਫ ਮਹਿੰਦਰ ਸਿੰਘ ਡੈਡੀ ਨੇ। ਓ, ਬੜਾ ਟ੍ਰੈਜਿਕ ਸਟੋਰੀ। ਤੇ ਫਿਰ ਤੁਹਾਨੂੰ ਦੇਸ਼ ਛੱਡ ਕੇ ਜਾਣਾ ਪਿਆ? ਦੇਸ਼ ਤਾਂ ਉਹਨੂੰ ਛੱਡ ਕੇ ਜਾਣਾ ਪੈਣਾ ਸੀ, ਸ਼ਰਤ ਜੋ ਲੱਗੀ ਸੀ। ਮੰਮਾ, ਇਹ ਤਾਂ ਜ਼ਿਆਦਤੀ ਹੈ, ਪਰ ਇਹਦੇ ਸਾਡਾ ਕੀ ਕਸੂਰ ਹੈ? ਤੇਰੇ ਡੈਡੀ ਲਈ ਇੰਨਾ ਕਸੂਰ ਕਾਫੀ ਹੈ ਕਿ ਰਾਹੁਲ ਮਿਸਟਰ ਸਚਦੇਵਾ ਦਾ ਮੁੰਡਾ ਹੈ। ਪਰ ਮੈਂ ਤਾਂ ਤੁਹਾਡੀ ਧੀ ਹਾਂ ਨਾ। ਹਾਂ ਹਾਂ, ਮੈਂ ਮੰਨਦਾ, ਪਰ ਉਹ ਪ੍ਰੀਤੀ ਉਸ ਮਹਿੰਦਰ ਸਿੰਘ ਡੈਡੀ ਦੀ ਧੀ ਵੀ ਤਾਂ ਹੈ, ਉਸ ਕਮੀਨੇ ਬੇਈਮਾਨ ਦੀ ਧੀ, ਤੇ ਉਹਦਾ ਸਭ ਤੋਂ ਵੱਡਾ ਕਸੂਰ ਹੈ। ਇਸ ਕਰਕੇ ਤੇਰਾ ਵਿਆਹ ਉਹਦੇ ਨਾਲ ਨਹੀਂ ਹੋ ਸਕਦਾ। ਇਹ ਤੁਹਾਡਾ ਆਖਰੀ ਫੈਸਲਾ ਹੈ? ਹਾਂ ਹਾਂ, ਇਹ ਮੇਰਾ ਆਖਰੀ ਫੈਸਲਾ ਹੈ। ਫਿਰ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ। ਕੰਨ ਕੀ ਖੋਲਣਾ, ਮੈਂ ਅੱਗੇ ਕੋਈ ਸ਼ਕਲ ਪਾਇਆ ਹੋਇਆ? ਤੂੰ ਰਾਗ ਲਾਪ ਜਿਹੜਾ ਲਾਪਣਾ। ਇਹ ਰਾਗ ਨਹੀਂ, ਫੈਸਲਾ ਹੈ ਮੇਰਾ, ਫੈਸਲਾ। ਜੇ ਮੈਂ ਜ਼ਿੰਦਗੀ 'ਚ ਵਿਆਹ ਕਰੂੰਗੀ ਤਾਂ ਸਿਰਫ ਔਰ ਸਿਰਫ ਰਾਹੁਲ ਨਾਲ, ਨਹੀਂ ਤਾਂ ਮੈਂ ਨਹੀਂ ਵਿਆਹ ਕਰਨਾ। ਹਾਂ, ਫਿਰ ਸਾਰੀ ਉਮਰ ਕੁਆਰੀ ਰਹਿ ਜਾਏਗੀ। ਇਹ ਰਾਹੁਲ ਤੱਕ ਹੀ ਦੁਨੀਆ ਦੇ ਕਿਸੇ ਰਾਹੁਲ ਨਾਲ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ। ਠੀਕ ਹੈ ਫਿਰ, ਮੈਂ ਵੀ ਘਰੋਂ ਭਾਜੂ, ਜ਼ਹਿਰ ਖਾ ਲੂੰਗਾ, ਜ਼ਹਿਰ ਦੇਖ ਲਿਓ ਤੁਸੀਂ। ਹਾਂ ਚੱਲ ਚੱਲ, ਖਾ ਜਾ ਕੇ। ਓਹੋ, ਇਹਨੂੰ ਰੋਕੋ, ਜ਼ਹਿਰ ਖਾ ਲੂਗੀ। ਓਏ, ਕਦੀ ਵੀ ਨਹੀਂ ਖਾ ਸਕਦੀ। ਕਿਉਂ? ਤੂੰ 100 ਵਾਰ ਧਮਕੀ ਦਿੱਤੀ ਹੈ, ਤੂੰ ਖਾਦਾ ਜ਼ਹਿਰ ਕਦੀ? ਆਮ ਸੌਰੀ ਡੈਡ, ਆਈ ਨਿਊ ਦੈਟ। ਵੈਲ ਡਨ ਮਾਈ ਸਨ,
ਮੈਨੂੰ ਪਤਾ ਸੀ ਤੂੰ ਮੇਰਾ ਪੁੱਤਰ ਹੈ ਤੂੰ ਇੱਕ ਦਿਨ ਆਪਣੀ ਗਲਤੀ ਜ਼ਰੂਰ ਮੰਨੇਗਾ ਐਕਸਕਿਊਜ਼ ਮੀ ਡੈਡ ਮੈਂ ਗਲਤੀ ਮੰਨਣ ਵਾਲਾ ਸੌਰੀ ਨਹੀਂ ਕਿਹਾ ਫਿਰ ਕਿਹੜਾ ਸੌਰੀ ਕਿਹਾ ਬੇਟਾ ਮੈਂ ਦੂਜੇ ਵਾਲਾ ਸੌਰੀ ਕਿਹਾ